ਦਿੱਲੀ ਦੇ ਮੰਤਰੀ ਅਹੁਦੇ ਤੋਂ ਹਟਾਏ ਗਏ ਕਪਿਲ ਮਿਸ਼ਰਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਕੇਜਰੀਵਾਲ ਤੇ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਸਫਾਈ ਦੇਣ ਲਈ ਆਏ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬਹੁਤ ਹੀ ਛੋਟੀ ਜਿਹੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹਨਾਂ ਵੱਲੋਂ ਲਗਾਏ ਗਏ ਦੋਸ਼ ਬੇਬੁਨਿਆਦ ਨੇ ਜਿਨ੍ਹਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਇਸ ਪੂਰੇ ਮਾਮਲੇ ਵਿੱਚ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਲ ਸਰੋਤ ਵਿਭਾਗ ਵਿੱਚ ਵਧੀਆ ਕੰਮ ਨਹੀਂ ਹੋ ਰਿਹਾ ਸੀ ਜਿਸ ਕਾਰਨ ਮਿਸ਼ਰਾ ਨੂੰ ਮੰਤਰੀ ਮੰਡਲ ਚੋਂ ਹਟਾਉਣ ਦਾ ਫੈਸਲਾ ਲਿਆ ਗਿਆ। ਸਿਸੋਦੀਆ ਨੇ ਦੱਸਿਆ ਕਿ ਕਪਿਲ ਦੀ ਜਗ੍ਹਾ ਤੇ ਕੈਲਾਸ਼ ਗਹਿਲੋਤ ਨੂੰ ਜਲ ਸਰੋਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦਿੱਲੀ ਮੈਂ ਲੋਕ ਪਾਣੀ ਕੋ ਲੈ ਕੇ ਪਰੇਸ਼ਾਨ ਥੇ ਔਰ ਐਮਐਲਏ ਖਾਸ ਤੌਰ ਸੇ ਖੂਬ ਗਾਲੀਆਂ ਖਾ ਰਹੇ ਹੈ ਲੋਗੋਂ ਕੀ। ਯੇ ਬਾਤ ਮੈਨੇ ਬਤਾਈ ਥੀ ਕਲ ਉਨਕੋ ਔਰ ਉਸਕੇ ਬਾਅਦ ਉਨਸੇ ਕਹਾ ਥਾ ਕਿ ਅਬ ਮੁੱਖ ਮੰਤਰੀ ਜੀ ਮੰਤਰੀ ਮੰਡਲ ਮੈਂ ਫੇਰ ਬਦਲ ਕਰ ਰਹੇ ਹੈ। ਅਬ ਉਸਕੇ ਬਾਅਦ ਆਜ ਜਿਸ ਤਰ੍ਹਾਂ ਕੇ ਆਰੋਪ ਬੇਬੁਨਿਆਦ ਆਰੋਪ ਉਨ੍ਹਾਂਨੇ ਲਗਾਏ ਉਸਕੇ ਬਾਰੇ ਮੈਂ ਅਬ ਮੈਂ ਕਿਆ ਕਹੂੰ, ਵੋ ਤੋ ਬਾਤ ਜਵਾਬ ਦੇਣ ਲਾਇਕ ਵੀ ਨਹੀਂ ਹੈ, ਕੋਈ ਇਸ ਪਰ ਯਕੀਨ ਨਹੀਂ ਕਰ ਸਕਦਾ। ਬਹੁਤ ਹੀ ਉਲਝਲੂਲ ਆਰੋਪ ਉਨ੍ਹਾਂ ਨੇ ਲਗਾਏ ਹੈ, ਉਨਕਾ ਕੋਈ ਸਿਰ ਪੈਰ ਨਹੀਂ ਹੈ, ਇਸਕੇ ਬਾਰੇ ਮੈਂ ਇਤਨਾ ਹੀ ਕਹਾ ਸਕਦਾ, ਉਸਕਾ ਕੋਈ ਜਵਾਬ ਨਹੀਂ ਹੈ।